ਕੈਪਟਨ ਅਮਰਿੰਦਰ ਸਿੰਘ ਮੌਕਾ ਗਵਾ ਚੁੱਕਾ ਉਹਨੂੰ ਜਦੋਂ ਕੁਝ ਕਰਨਾ ਚਾਹੀਦਾ ਸੀ ਉਦੋਂ ਉਹਨੇ ਕੀਤਾ ਨਹੀਂ ਹੁਣ ਜਦੋਂ ਸਾਰਾ ਕੁਝ ਗਵਾ ਚੁੱਕਾ ਤੇ ਅਕੀਪਲਾ ਹੀ ਹੱਥ ਮਾਰਦਾ ਫਿਰਦਾ ਕਿ ਜੇ ਅਮਰਿੰਦਰ ਸਿੰਘ ਨੂੰ ਉਹ ਮਹਾਰਾਸ਼ਟਰ ਚ ਜਾਂ ਕਿਸੇ ਹੋਰ ਥਾਂ ਦੇ ਉੱਤੇ ਗਵਰਨਰ ਬਣਾ ਕੇ ਭੇਜ ਦਿੰਦੇ ਨਾ ਇੱਥੋਂ ਵਾਲੇ ਸੀਨ ਤੋਂ ਪਾਸੇ ਹੁੰਦਾ ਤੇ ਫਿਰ ਇਹ ਆਪਣੀ ਥਾਂ ਵਧੀਆ ਬਣਾ ਸਕਦੀਆਂ ਸਨ ਉਹਦੇ ਹੁੰਦਿਆ ਤੇ 36 ਕਿਸ ਦੀ ਅਟੜਣਾ ਕਿਉਂਕਿ ਅਮਰਿੰਦਰ ਸਿੰਘ ਦਾ ਤਾਂ 24 ਘੰਟਿਆਂ ਚੋ ਦੇਣੀ 6-7 ਘੰਟਿਆਂ ਦਾ ਹੁੰਦਾ ਬਾਕੀ ਸਮਾਂ ਪਤਾ ਕਿ ਕੀ ਨੀ ਕੀ ਕਰਨਾ ਉਹਨੂੰ ਥੋੜਾ ਜਿਹਾ ਜੇ ਵੀ ਆਪਣੀਆਂ ਆਦਤਾਂ ਆਪਣਾ ਸੁਭਾਅ ਆਪਣੇ ਵਿਹਾਰ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਲਿਆਉਣ ਦੀ ਲੋੜ ਆ ਉਹ ਤੇ ਉਹ ਲਿਆ ਨਹੀਂ ਰਿਹਾ ਮੇਰਾ ਖਿਆਲ ਹੈ ਕਿ ਉਹਨੂੰ ਕੋਈ ਨਾ ਕੋਈ ਭਾਜਪਾ ਵਾਲਿਆਂ ਨੇ ਇਹੋ ਜਿਹਾ ਸੁਪਨਾ ਵਿਖਾਇਆ ਕਿ ਪੰਜਾਬ 'ਚ ਤੇਰੀ ਲੋੜ ਹੈ ਸਿੱਧਾ ਨਾ ਕਰਨ ਦੇ ਬਜਾਏ ਕਿ ਤੈਨੂੰ ਅਸੀਂ ਕੁਝ ਨਹੀਂ ਦੇਣਾ ਇੱਕ ਹੋਰ ਤਰੀਕਾ ਦਾ ਕਹਿਦਾ ਤੇਰੇ ਵਾਸਤੇ ਅਸੀਂ ਨਾ ਇੱਕ ਖਾਸ ਜਿੰਮੇਵਾਰੀ ਇੱਕ ਜੋ ਖਾਸ ਇਹਨਾਂ ਲੁਕਾ ਕੇ ਆਖੋ ਕਿ ਅਗਲਾ ਉਸ ਖਾਸ ਦੀ ਆਸ ਵਿੱਚ ਮਾਰੂਥਲ ਦੇ ਵਿੱਚ ਠਿੱਲ ਪਵੇ ਵੀ ਉਹ ਅਗਲੇ ਪਾਸੇ ਪਤਾ ਨਹੀਂ ਪਾਣੀ ਦੇ ਚਿਹਰਾ ਉਧਰ ਦੁਰ ਪਵੇ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਸੁਪਨਾ ਬਖਾਇਆ ਜੋ ਮੇਰੀ ਜਾਣਕਾਰੀ ਹੈ ਤੇ ਹਾਲ ਦੀ ਘੜੀ ਉਹਨੂੰ ਕਿਤੇ ਦੂਸਰੇ ਥਾਂ ਤੇ ਐਡਜਸਟ ਨਹੀਂ ਕੀਤਾ ਜਾ ਰਿਹਾ ਇਹ ਸਭ ਤੋਂ ਪਹਿਲਾਂ ਜਿਹੜੇ ਸ਼ਹਿਰ 'ਚ ਤੁਸੀਂ ਇਸ ਵਕਤ ਬੈਠੇ ਆਂ ਉਸੇ ਸ਼ਹਿਰ ਚਾ ਥੋੜਾ ਚਿਰ ਪਹਿਲਾਂ ਜਦੋਂ ਰਾਹੁਲ ਗਾਂਧੀ ਉਰੀ ਆਏ ਸੀ ਇਹ ਜੀ ਭਾਰਤ ਜੋੜੋ ਯਾਤਰਾ ਚੋਂ ਭਾਰਤ ਜੁੜਿਆ ਕਿ ਨਹੀਂ ਜੁੜਿਆ ਪਤਾ ਨਹੀਂ ਉਹਦੇ ਦੌਰਾਨ ਇੱਥੋਂ ਦੇ ਜਿਹੜੇ ਐਮਪੀ ਸੀਗੇ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਉਰੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਤੇ ਉਦੋਂ ਤੋਂ ਇਹ ਚੱਕਰ ਚੱਲਦਾ ਸੀ ਕਿ ਅਜੇ ਕਿਉਂਕਿ ਲੋਕ ਸਭਾ ਚੋਣਾਂ ਦੂਰ ਨੇ ਤੇ ਸ਼ਾਇਦ ਜ਼ਿਮਨੀ ਚੋਣ ਕਰਵਾਉਣੀ ਪਵੇ ਤੇ ਉਹ ਹੁਣ ਜ਼ਿਮਨੀ ਚੋਣ ਲਗਭਗ ਹੈ ਹੀ ਕਲੀਅਰ ਹੈ ਕਿ ਆਉਂਦੇ ਚੰਦ ਮਹੀਨਿਆਂ ਤੱਕ ਉਹ ਹੋਣੀ ਹੈ ਪਰ ਉਹਦੀ ਤਿਆਰੀ ਜਿਹੜੀ ਹੁਣ ਤੋਂ ਹੀ ਕਰਨ ਲੱਗ ਪਈਆਂ ਪੋਲੀਟੀਕਲ ਪਾਰਟੀਆਂ ਉਦੇਤੇ ਮੈਂ ਚਾਹਣਾ ਥੋੜੀ ਥੋੜੀ ਗੱਲ ਕਰ ਲਈ ਇੱਕ ਤਾਂ ਬੀਜੇਪੀ ਨੇ ਜਿਸ ਹਿਸਾਬ ਨਾਲ ਇੰਚਾਰਜ ਇੱਕ ਮੰਤਰੀ ਸਾਹਿਬ ਦੂਸਰੇ ਇੱਕ ਹੋਰ ਐਮਐਲਏ ਸਾਹਿਬ ਉਹਨਾਂ ਨੂੰ ਸਾਥ ਦਿੱਤਾ ਤੇ ਢੇੜੇ ਤੇ ਢੇੜਾ ਵੀ ਰੱਖਦੇ ਨੇ ਪ੍ਰੈਸ ਕਾਨਫਰੰਸਾਂ ਵਿੱਚ ਜਲੰਧਰ ਚ ਹੋਣ ਲੱਗ ਪਿਆ ਤੇ ਦਾਵਾ ਵੀ ਉਹਨਾਂ ਦੇ ਭਾਜਪਾ ਪ੍ਰਧਾਨ ਅਸ਼wini ਸ਼ਰਮਾ ਜੀ ਦਾ ਇਹੀ ਹੈ ਕਿ ਇਹ ਸੀਟ ਤੇ ਅਸੀਂ ਜਿੱਤਣੀ ਹੈ ਇਹਦੀ ਥੋੜੀ ਜੀ ਗੱਲ ਕਰੀਏ ਭੀ ਇਹ ਜਾਵਦਾ ਤੁਹਾਨੂੰ ਵੀ ਬੀਜੇਪੀ ਇਹ ਜਲੰਧਰ ਵਾਲੀ ਸੀਟ ਜਿੱਤ ਜੂਜੀ ਦੇਖੋ ਇਹਨਾਂ ਚੋਂ ਸਭ ਤੋਂ ਪਹਿਲਾਂ ਤੇ ਰਾਜ ਕਰਨ ਵਾਲੀ ਪਾਰਟੀ ਦੀ ਗੱਲ ਕਰਨੀ ਚਾਹੀਦੀ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਅਜੇ ਤੱਕ ਪੱਤੇ ਸ਼ੋ ਨਹੀਂ ਕੀਤੇ ਉਹਨਾਂ ਨੇ ਕਿਹੜਾ ਬੰਦਾ ਖੜਾ ਕਰਨਾ ਉਹ ਬੰਦਾ ਲੋਕਲ ਹੋਵੇਗਾ ਬਾਹਰੋਂ ਲਿਆ ਕੇ ਖੜਾ ਕੀਤਾ ਹੋਇਆ ਚੁੱਪਚੀ ਪੀਤਾ ਹੋਵੇਗਾ ਕਿ ਵੋਕਲ ਹੋਵੇ ਲੋਕਲ ਵੋਕਲ ਕੱਖ ਨਹੀਂ ਪਤਾ ਲੱਗਦਾ ਉਹ ਅਜੇ ਚੁੱਪ ਨੇ ਤੇ ਉਸ ਦਿਨ ਤੱਕ ਚੁੱਪ ਰਹਿਣਗੇ ਜਦ ਤੱਕ ਚੋਣ ਦਾ ਐਲਾਨ ਨਹੀਂ ਹੁੰਦਾ ਉਹਨਾਂ ਚਿਰ ਤੱਕ ਉਹ ਮਸਲੇ ਨਿਬੇੜਦੇ ਪਏ ਕੁਝ ਮੁਸ਼ਕਲਾਂ ਹੱਲ ਕਰਦੇ ਪਏ ਦੂਸਰੇ ਤੇਰਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਵਾਲਿਆਂ ਦਾ ਇਹ ਹੈ ਕਿ ਬਹੁਤੇ ਲੋਕਾਂ ਦੀ ਰਾਏ ਸੀ ਤੇ ਜਿਸ ਦਿਨ ਚੌਧਰੀ ਸੰਤੋਖ ਸਿੰਘ ਦਾ ਸ਼ੋਕ ਸਮਾਗਮ ਸੀ ਅੰਤਮ ਅਰਦਾਸ ਸੀ ਉੱਥੇ ਵੀ ਕਾਂਗਰਸੀ ਲੀਡਰਾਂ ਨੇ ਜਿਹੜੀਆਂ ਤਕਰੀਰਾਂ ਕੀਤੀਆਂ ਉਹ ਸਾਰੀਆਂ ਇਹ ਦੱਸਦੀਆਂ ਸੀ ਕਿ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਨੂੰ ਇੱਥੇ ਟਿਕਟ ਮਿਲ ਜਾਣੀ ਹੈ ਹੁਣ ਨਵੀਆਂ ਗੱਲਾਂ ਇਹ ਨਿਕਲਣ ਲੱਗ ਪਈਆਂ ਕਿ ਉਹਦਾ ਵਿਰੋਧ ਹੋ ਰਿਹਾ ਅਸਲ ਚ ਉਹਦਾ ਨਿੱਜੀ ਤੌਰ ਤੇ ਵਿਰੋਧ ਨਹੀਂ ਉਹ ਵੀ ਬਹੁਤ ਚੰਗੇ ਆ ਚੌਧਰੀ ਸੰਤੋਖ ਦੇ ਨਾਲ ਜਿੰਨਾ ਦਾ ਕੋਈ ਵਿਰੋਧ ਸੀ ਉਹ ਵੀ ਪਾਸ ਹੀ ਹੋਵੇਗਾ ਵਿਰੋਧ ਅਸਲ ਵਿੱਚ ਚੌਧਰੀ ਸੰਸੋਖ ਸਿੰਘ ਦੇ ਵਿਧਾਇਕ ਪੁੱਤਰ ਨਾਲ ਜ਼ਿਆਦਾ ਉਹ ਕਈ ਕਿਸਮ ਦੇ ਲੋਕਾਂ ਚ ਰੋਸੇ ਰਸੇ ਹੋ ਸਕਦੇ ਆ ਉਦੋਂ ਵੀ ਪਰੇ ਇੱਕ ਗੱਲ ਹੋ ਰਿਹਾ ਹੈ ਕਿ ਇੰਨਾ ਚ ਇਹ رائے ਚੱਲਦੀ ਪਈ ਹੈ ਕਿ ਜੇ ਚਰਨ ਜੀ ਨੂੰ ਚੰਨੀ ਨੂੰ ਇੱਥੇ ਲਿਆ ਕੇ ਖੜਾ ਕੀਤਾ ਜਾਵੇ ਤੇ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਹੈ ਤੇ ਉਹਨਾਂ ਦਿਨਾਂ 'ਚ ਉਹਨੇ ਇੱਥੇ ਆ ਕੇ ਕੁਝ ਕੰਮ ਵੀ ਕੀਤੇ ਸੀ ਤੇ ਇਹਦੇ 'ਚ ਦਲਿਤ ਹਲਕੇ ਬਹੁਤ ਨੇ ਤੁਸੀਂ ਵੇਖੋ ਆਦਮਪੁਰ ਦਲਿਤ ਰਿజర్ਵਰ ਹਲਕਾ ਕਰਤਾਰਪੁਰ ਵੀ ਹੈ ਜਲੰਧਰ ਸ਼ਹਿਰ ਦੇ ਵਿੱਚ ਵੀ ਇੱਕ ਹਲਕਾ ਹੈਗਾ ਫਲੋਰ ਵੀ ਵਿੱਚ ਪੈਣਾ ਉਹ ਸਾਰੇ ਕਹਿੰਦੇ ਕਿ ਉਹਨੂੰ ਜੇ ਇੱਥੇ ਲਿਆ ਕੇ ਖੜਾ ਕੀਤਾ ਜਾਵੇ ਤੇ ਉਹ ਪਹਿਲਾ ਦਲਿਤ ਮੁੱਖ ਮੰਤਰੀ ਦੇ ਤੌਰ ਤੇ ਸੀਟ ਇੱਥੋਂ ਕੱਢ ਸਕਦਾ ਇਸ ਕਿਸਮ ਦੀ ਜਿਹੜੀ ਖੇਡ ਚੱਲਦੀ ਪਈ ਹੈ ਉਹਦੇ ਚ ਚੌਧਰੀ ਸੰਤੋਖ ਸਿੰਘ ਦੇ ਧਰਮਪਤਨੀ ਜਿਹਦੇ ਖਿਲਾਫ ਨਿੱਜੀ ਤੌਰ ਤੇ ਕੁਛ ਨਹੀਂ ਸਾਰੀ ਇਹ ਕਹਿੰਦੀ ਆ ਕੋ ਬੀਬੀ ਉਹ ਉਹਦਾ ਸੁਭਾਅ ਵੀ ਚੰਗਾ ਸਭ ਕੁ ਠੀਕ ਹੈ ਬਸ ਉਹਦੇ ਪੁੱਤਰ ਨਾਲ ਕੁਝ ਲੋਕਾਂ ਦੇ ਵਿਰੋਧ ਵਿਰਸ ਜੇ ਨੇ ਉਹਨਾਂ ਦਾ ਕਰਕੇ ਇਹ ਗੱਲ ਉਧਰ ਨੂੰ ਤੁਰਦੀ ਆ ਤੇ ਸ਼ਾਇਦ ਤੁਰਦਿਆਂ ਤੁਰਦਿਆਂ ਚਰਨਜੀਤ ਸਿੰਘ ਤੋਂ ਚੰਨੀ ਤੱਕ ਚਲੀ ਜਾਵੇ ਅੱਛਾ ਹੁਣ ਆ ਜੋ ਅਕਾਲੀਆਂ ਬਹੁਜਨ ਸਮਾਜ ਪਾਰਟੀ ਤੇ ਭਾਜਪਾ ਦੀ ਗੱਲ ਪਾਜਪਾ ਵਾਲੇ ਇਹ ਮੰਨ ਕੇ ਚੱਲਦੇ ਆ ਕਿ ਸੀਟ ਸਾਡੇ ਲਈ ਕੱਢਣੀ ਔਖੀ ਆ ਵੋਟਾਂ ਉਹਨਾਂ ਨੂੰ ਸ਼ਹਿਰ ਚ ਚੋਖੀਆਂ ਮਿਲ ਜਾਣਗੀਆਂ ਜਲੰਧਰ ਸ਼ਹਿਰ ਚ ਚਾਰ ਹਲਕੇ ਨੇ ਅਸੈਂਬਲੀ ਦੇ ਇੱਥੋਂ ਚੋਖੀ ਵੋਟਾਂ ਉਹਨਾਂ ਨੂੰ ਮਿਲ ਜਾਣੀਆਂ ਇਹਦੇ باوجود ਉਹ ਸੀਟ ਨਹੀਂ ਕੱਢ ਸਕਦੇ ਇਹ ਉਹਨਾਂ ਨੂੰ ਲੱਗਦਾ ਪਰ ਉਹ ਇਸ ਗੱਲ ਵਾਸਤੇ ਨਹੀਂ ਲੜ ਰਹੇ ਕਿ ਅਸੀਂ ਸੀਟ ਕੱਢਣੀ ਇਸ ਗੱਲ ਲਈ ਲੜ ਰਹੇ ਹੈ ਕਿ ਅਸੀਂ ਅਕਾਲੀਆਂ ਨੂੰ ਵਿਖਾ ਦੇਣਾ ਕਿ ਅਸੀਂ ਤੁਹਾਡੇ ਤੋਂ ਤਗੜੇ ਆ ਅਕਾਲੀ ਦਲ ਨੇ ਇਸ ਵਾਰੀ ਇਹ ਚੁਸਤੀ ਖੇਡੀ ਹੈ ਕਿ ਸੰਗਰੂਰ ਵਿੱਚ ਜਿਹੜੀ ਬੇਇੱਜ਼ਤੀ ਹੋਈ ਸੀ ਕਿ ਪਾਰਟੀ ਪੰਜਵੇਂ ਥਾਂ ਚਲੇਗੀ ਉਹ ਦੁਬਾਰਾ ਨਾ ਬੇਇੱਜ਼ਤੀ ਹੋ ਜਾਵੇ ਉਹਦੇ ਤੋਂ ਬਚਣ ਵਾਸਤੇ ਮਰਿਆ ਸੱਪ ਉਹਨਾਂ ਨੇ ਇਹਨਾਂ ਦੇ ਬਹੁਜਨ ਸਮਾਜ ਪਾਰਟੀ ਦੇ ਗੱਲ ਪਾਉਣ ਦਾ ਯਤਨ ਕੀਤਾ ਇਹ ਐਲਾਨ ਕਰ ਦਿੱਤਾ ਕਿ ਇਹ ਸੀਟ ਜਿਹੜੀ ਆ ਅਸੀਂ ਨਹੀਂ ਲੜਨੀ ਤੇ ਬਹੁਜਨ ਸਮਾਜ ਪਾਰਟੀ ਲੜੇਗੀ ਤੇ ਉਹਦੇ ਨਾਲ ਮਤਲਬ ਅਸੀਂ ਗੱਠ ਜੋੜ ਪੱਕਾ ਰੱਖਾਂਗੇ ਤੇ ਉਹਨਾਂ ਦਾ ਬੰਦਾ ਸੀ ਜਿਤਾ ਕੇ ਪਾਰਲੀਮੈਂਟ ਚ ਭੇਜਾਂਗੇ ਚਲੋ ਸੁਪਨੇ ਵਖਾਉਣ ਚ ਕੀ ਹਰ ਜੇ ਆਪ ਵੀ ਵੇਖ ਲਓ ਉਹਨਾਂ ਨੂੰ ਵਖਾ ਦੇਣ ਇੱਧਰ ਦਰਮਿਆਨ ਜਿਹੜੀ ਇੱਕ ਦੋ ਦਿਨਾਂ ਚ ਗੱਲ ਇਹ ਚੱਲ ਪਈ ਕਿ ਕਮਿਊਨਿਸਟਾਂ ਨਾਲ ਸਮਝੌਤਾ ਕਰਨਾ ਉਹਦੇ ਪਿੱਛੋਂ ਇਹ ਖੇਡ ਚ ਲਾਈ ਗਈ ਕਿ ਜਲੰਧਰ ਵਿੱਚ ਕੁਝ ਪਾਕਟਾਂ ਇਹੋ ਜਿਹੀਆਂ ਜਿੱਥੇ ਕਮਿਊਨਿਸਟਾਂ ਦੀ ਵੋਟ ਹੈ ਤੇ BSP ਨੂੰ ਇਹ ਲਾਰਾ ਲਾਇਆ ਕਿ ਤੁਹਾਨੂੰ ਇਹ ਵੋਟ ਮਿਲ ਜਾਵੇਗੀ ਜੀਐਸਸੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਰਹੀਏ ਇਦਾਂ ਦੀਆਂ ਖੇਡਾਂ ਉਹਨੀਆਂ ਖੇਡਦੇ ਪਏ ਆ ਉਨ੍ਹਾਂ ਦੇ ਮੁਕਾਬਲੇ 'ਚ ਭਾਜਪਾ ਅਜੇ ਤੱਕ ਅੰਦਰੇ-ਅੰਦਰ ਗੁੱਜੀ ਖੇਡ ਖੇਡਦੀ ਪਈ ਆ ਉਹਨਾਂ ਦੇ ਬੰਦੇ ਲੱਗੇ ਹੋਏ ਨੇ ਇਸ ਕੰਮ ਕੇਂਦਰੀ ਲੀਡਰਸ਼ਿਪ ਮੁੜ-ਮੁੜ ਕੇ ਇੱਥੇ ਚੱਕਰ ਮਾਰਦੀ ਆ ਸੀਨੀਅਰ ਲੀਡਰਾਂ ਨੂੰ ਇੱਥੇ ਆਖਿਆ ਕਿ ਤੁਸੀਂ ਗਿੜੇ ਰੱਖੋ ਔਰ ਮੈਨੂੰ ਜੋ ਸੂਚਨਾਵਾਂ ਮਿਲਦੀਆਂ ਉਹ ਇਹ ਆ ਕਿ ਅਗਲਿਆਂ ਦਿਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਕੁਝ ਲੋਕ ਉੱਚੇ-ਚੇ ਤੌਰ ਦੇ ਉੱਤੇ ਅੱਗੇ ਕਰਕੇ ਤੇ ਅੱਡ-ਅੱਡ ਪਾਰਟੀਆਂ 'ਚੋ ਲਿਆ ਕੇ ਭਾਜਪਾ 'ਚ ਸ਼ਾਮਲ ਕਰਾਇਆ ਜਾ ਸਕਦੇ ਆ ਤੇ ਇਸ ਕੰਮ ਵਾਸਤੇ ਕੋਈ ਵੱਡਾ ਲੀਡਰ ਅਚਾਨਕ ਵੀ ਘੜਾ ਮਾਰ ਸਕਦਾ ਵੱਡਾ ਲੀਡਰ ਕੌਣ ਹੋਵੇਗਾ ਸਿਖਰਲੇ ਤਿੰਨਾਂ 'ਚੋ ਜੇ ਗਿਣਨਾ ਹੋਵੇ ਤੇ ਉਹ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਪ ਜਾਂ ਫਿਰ ਪਾਰਟੀ ਪ੍ਰਧਾਨ ਜਗਤ ਪ੍ਰਕਾਸ਼ ਨਾੜਾ ਇਹਨਾਂ 'ਚੋ ਕਿਸੇ ਨੂੰ ਭੇਜਿਆ ਜਾ ਸਕਦਾ ਪਰ ਇਹ ਇਹ ਮਿਰਤ ਨੇ ਨਹੀਂ ਆਉਣਗੇ ਉਹ ਇਹ ਤਿੰਨੇ ਵੱਡੇ ਲੀਡਰ ਜਿਹੜੇ ਆ ਉਹ ਪਿੱਛੇ ਰਹਿ ਕੇ ਤੇ ਇੱਥੇ ਕਿਸੇ ਇਸ ਤਰ੍ਹਾਂ ਦੇ ਲੀਡਰ ਨੂੰ ਅਚਾਨਕ ਲਿਆ ਕੇ ਪੇਸ਼ ਕਰਨਗੇ ਜਿਹਦੇ ਨਾਂ ਤੇ ਲੋਕਾਂ ਵਿੱਚ ਕਰੇਜ ਹੋਵੇ ਤੇ ਪਬਲਿਕ ਇਕੱਠੀ ਹੋ ਸਕਦੀ ਹੋਵੇ ਮਿਸਾਲ ਦੇ ਤੌਰ ਤੇ ਇਹੋ ਜਿਹੇ ਦਲ ਬਦਲੀਆਂ ਕਰਾਉਣ ਵਾਲੇ ਦਿਨ ਜੇ ਲਿਆ ਕੇ ਇੱਥੇ ਸਿਮਰਤੀ ਇਰਾਨੀ ਨੂੰ ਹੀ ਸਟੇਜ ਦੇ ਉੱਤੇ ਬਿਠਾ ਦਿੱਤਾ ਜਾਵੇ ਤੇ ਇੱਕਦਮ ਸਾਰਾ মিডিਆ ਟੁੱਟ ਕੇ ਪੈ ਜਾਣਾ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਵੇਲੇ ਸੋਚ ਵਿੱਚ ਆ ਉਹ ਇਹ ਕਿ ਕਿਸੇ ਵੀ ਤਰੀਕੇ ਅਚਾਨਕ ਕੋਈ ਸੁਪਨਾ ਜਿਹਾ ਵਿਖਾ ਕੇ ਤੇ ਲੋਕਾਂ ਨੂੰ ਇਸ ਪਾਸੇ ਨੂੰ ਤੋਰਿਆ ਜਾਵੇ ਜਿਹੜਾ ਸੀਟ ਦਾ ਰਾਸੀ ਮੌਲਿਆ ਉਹ ਇਸ ਕਰਕੇ ਨਹੀਂ ਕਿ ਸੀਟ ਜਿੱਤਨੀ ਹੈ ਇਸ ਕਰਕੇ ਕਿ ਪਹਿल्या ਤਿੰਨਾਂ ਦੇ ਵਿੱਚ ਆਉਣਾ ਔਰ ਅਕਾਲੀ ਵਸਪਾ ਗੱਠ ਜੋੜ ਨੂੰ ਪਿੱਛੇ ਤਕੜਾ ਤਾ ਕੇ ਉਹਨਾਂ ਦੱਸਿਆ ਜਾ ਸਕੇ ਕਿ ਪੰਜਾਬ ਚ ਅਸੀਂ ਵੱਡੇ ਆ ਖੇਡ ਆ ਚੱਲਦੀ ਪਈ ਆ ਜੀ ਪਰ ਇਹ ਬਨਸਰਬ ਜੀ ਮੰਨ ਲਓ ਕਿ ਵੀ ਇਹ ਜ਼ਿਮਨੀ ਚੋਣ ਆਉਂਦੇ ਇੱਕ ਦੋ ਮਹੀਨਿਆਂ ਦੇ ਵਿੱਚ ਹੁੰਦੀ ਆ ਤੇ ਉਹਦੇ ਜਿੱਦਾਂ ਤੁਸੀਂ ਆ ਦੱਸਿਆ ਕਿ ਵੀ ਜਿਹੜੀ ਰਾਜਕਰਦੀ ਤੇਰੇ ਆ ਉਹ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੀ ਆ ਤੇ ਦੂਸਰੇ ਨੰਬਰ ਦੇ ਉੱਪਰ ਆਉਣ ਦੀ ਕੋਸ਼ਿਸ਼ ਐ ਇਸ ਵਕਤ ਭਾਜਪੀ ਦੀ ਆ ਉਹ ਆਪਣੀ ਖੇਡ ਖੇਡਦੀ ਪਈ ਆ ਪਰ ਇਹ ਸਾਰੇ ਕੁਸ਼ਿ ਜੇ ਮੰਨ ਲਓ ਜਿੱਦਾਂ ਉਹ ਸੰਗਰੂਰ ਵਾਲੀ ਜਿੰਨੀ ਚੋਣ ਹੋਈ ਸੀ ਉਦੋਂ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਿਆ ਤੇ ਹੁਣ ਤੇ ਹੁਣ ਮੰਨ ਲਓ ਵੀ ਆਮ ਆਦਮੀ ਪਾਰਟੀ ਨੂੰ ਇਹਦੇ ਚੋਂ ਕੁਝ ਨਹੀਂ ਮਿਲਦਾ ਤੇ ਫਿਰ 2024 ਤੱਕ ਜਾਂਦੇ ਜਾਂਦੇ ਆ ਇੱਕ ਰਾਜਕਰਦੀ ਧਿਰ ਜਿਹੜੀ ਐ ਉਹ ਲਗਾਤਾਰ ਦੋ ਜਿੰਨੀ ਚੋਣਾਂ ਹਾਰ ਜਵੇ ਉਹ ਜਿੱਡਾ ਵੱਡਾ ਸੈਟਬੈਕ ਆ ਉਹਦੇ ਨਾਲ ਉਹਦੇ ਤੇ ਫਰਕ ਨਹੀਂ ਪਊਗਾ ਜੀ ਬਹਿ ਸਕਦਾ ਪਰ ਇੱਥੇ ਲੋਕ ਜਿਹੜੇ ਹਨ ਇੱਕੋ ਦਿਨ ਚੀ ਪਾਸਾ ਪਲਟ ਜਾਂਦੇ ਨੇ ਕੋਈ ਇੱਕ ਘਟਨਾ ਵਾਪਰ ਜਾਵੇ ਤੇ ਬਹੁਤ ਕੁਝ ਹੋ ਜਾਂਦਾ ਜੇ ਸਿੱਧੂ ਮੂਸੇਵਾਲੇ ਦਾ ਕਤਲ ਨਾ ਹੁੰਦਾ ਤੇ ਸੰਗਰੂਰ ਦੀ ਸੀਟ ਇਸ ਪਾਰਟੀ ਤੋਂ ਕੋਈ ਖੋਹ ਸਕਦਾ ਸੀ ਉਸ ਇੱਕੋ ਘਟਨਾ ਨੇ ਬਹੁਤ ਕੁਝ ਬਦਲਾ ਦਿੱਤਾ ਸੀ ਜੇ ਉਹ ਬੇਅਦਬੀ ਕੰਡ ਨਾ ਹੋਇਆ ਹੁੰਦਾ ਤੇ 2017 ਦੇ ਵਿੱਚ ਸੁਖਬੀਰ ਸੋਬਾ ਦਾਲ ਤਾਂ ਦੋ ਗੱਲਾਂ ਕਹਿੰਦਾ ਸੀ ਕਹਿੰਦਾ ਸੀ ਪਹਿਲੀ ਗੱਲ ਇਹ ਕਿ ਮੈਂ ਸਾਰੇ ਪਾਸੇ ਤੋਂ ਪਤਾ ਕਰ ਲਿਆ ਹੁਣ 25 ਸਾਲ ਤੱਕ ਅਸੀਂ ਰਾਜ ਕਰਨਾ ਤੇ ਦੂਸਰੀ ਹੋਏ ਕਹਿੰਦਾ ਸੀ ਕਿ ਮੈਂ ਹਿੰਦੁਸਤਾਨ ਦੇ ਇੱਕ ਇੱਕ ਸੂਬੇ ਦੇ ਵਿੱਚੋਂ ਭਾਰਤ ਦੇ ਸਾਰੇ ਸੂਬਿਆਂ ਚੋਂ ਪਤਾ ਕਰਾ ਲਿਆ ਕਾਂਗਰਸ ਪਾਰਟੀ ਜਿੱਥੇ ਦੋ ਵਾਰੀ ਲਗਾਤਾਰ ਹਾਰ ਜਵੇ ਮੁੜ ਕੇ ਕਦੇ ਜਿੱਤਦੀ ਨਹੀਂ ਹੁੰਦੀ ਤੇ ਉਹਦੀਆਂ ਦੋਵੇਂ ਗੱਲਾਂ ਗਲਤ ਸਾਬਤ ਹੋਈਆਂ ਕਾਂਗਰਸ ਪਾਰਟੀ ਪੰਜਾਬ ਚ ਦੋ ਵਾਰੀ ਹਾਰਨ ਦੇ ਬਾਵਜੂਦ ਜਿੱਤ ਗਈ ਕਿਉਂਕਿ ਬੇਅਦਬੀ ਕਾਂਡ ਦੇ ਨਾਲ ਇਹਨਾਂ ਦਾ ਬਹੁਤ ਕੰਮ ਖਰਾਬ ਹੋ ਗਿਆ ਸੀ ਇੱਥੇ ਕੋਈ ਹਾਲਾਤ ਬਦਲਦੇ ਆ ਪਤਾ ਨਹੀਂ ਲੱਗਦਾ ਇੱਕਦਮ ਕੋਈ ਘਟਨਾ ਇਹੋ ਜਿਹੀ ਵੀ ਵਾਪਰ ਸਕਦੀ ਹੈ ਦਿੱਲੀ ਦੇ ਵਿੱਚ ਤੁਸੀਂ ਵੇਖੋ 2014 ਚ ਸੱਤ ਦੀਆਂ ਸੱਤ ਪਾਰਲੀਮੈਂਟ ਸੀਟਾਂ ਨਰਿੰਦਰ ਮੋਦੀ ਸਾਹਿਬ ਨੇ ਜਿੱਤੀਆਂ ਤੇ ਉਹ ਬੜੇ ਕੰਫੀਡੈਂਟ ਸੀ ਕਿ ਹੁਣ ਸਰਕਾਰ ਸਾਡੀ ਬਣੀ ਕੇ ਬਣੀ ਦਿੱਲੀ ਚ ਦਿੱਲੀ ਸਟੇਟ ਵੀ ਸਾਡੀ ਹੈ ਕਿਰਨ 베ਦੀ ਨੂੰ ਅਰਵਿੰਦ ਕੇਜਰੀਵਾਲ ਨੇ ਆਪ ਜਾ ਕੇ ਘਰ ਮਿਲ ਕੇ ਆਖਿਆ ਸੀ ਸਾਡੇ ਵੱਲੋਂ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਬਣ ਤੇ ਉਹਨੇ ਆਖਿਆ ਮੈਂ ਤੁਹਾਡੇ ਲੋਨ ਨਹੀਂ ਬਣਨਾ ਤੇ ਜਾ ਕੇ ਬੀਜੇਪੀ ਵੱਲ ਬਣ ਗਈ ਸੀ ਕਿਉਂਕਿ ਜਿੱਤ ਦਾ ਭਰੋਸਾ ਉਧਰ ਸੀ ਦੇ ਸੱਤ ਦੀਆਂ ਸੱਤ ਪਾਰਲੀਮੈਂਟ ਸੀਟਾਂ ਜਿੱਤੀਆਂ ਹੋਈਆਂ ਨੇ ਨਤੀਜਾ ਕੀ ਨਿਕਲਿਆ ਸੀ ਤਿੰਨ ਜਣੇ ਜਿੱਤੇ ਸੀ ਇਹਨਾਂ ਦੇ 17 14 ਤੇ ਜਿਹੜੀ ਕਿਰਨਵੇਦੀ ਮੁੱਖ ਮੰਤਰੀ ਬਣ ਚੱਲੀ ਸੀ ਉਹ ਆਪਣੀ ਸੀਟ ਵੀ ਨਹੀਂ ਸੀ ਕੱਢ ਸਕੀ ਇਹ ਉਹਦੇ ਤੋਂ ਬਾਅਦ 5 ਸਾਲ ਲੰਘਾ ਕੇ 2019 ਚ ਫੇਰ ਜਿਹੜੀਆਂ ਸੱਤ ਦੀਆਂ ਸੱਤ ਸੀਟਾਂ ਭਾਜਪਾ ਜਿੱਤ ਗਈ ਔਰ ਸਾਰੇ ਕਹਿਣ ਕਿ ਤਿੰਨੇ ਮਿਊਂਸਪਲ ਕਾਰਪੋਰੇਸ਼ਨਾਂ ਵੀ ਭਾਜਪਾ ਨੇ ਜਿੱਤ ਲੀਆਂ ਸੱਤ ਦੀਆਂ ਸੱਤ ਪਾਰਲੀਮੈਂਟ ਸੀਟਾਂ ਵੀ ਭਾਜਪਾ ਨੇ ਜਿੱਤ ਲੀਆਂ ਤੇ ਦਿੱਲੀ ਚ ਦੁਬਾਰਾ ਤਾਂ ਕੇਜਰੀਵਾਲ ਨਹੀਂ ਆ ਸਕਦਾ ਉਹ 17 ਚੋਂ ਫਿਰ 62 ਸੀਟਾਂ ਲੈ ਗਿਆ 90% 99% ਦੇ ਕਰੀਬ ਸੀਟਾਂ ਉਹ ਜਿੱਤੇ ਗਿਆ ਤੇ ਉਹ ਲੋਕ ਕਿਹੜੇ ਵੇਲੇ ਕਿਦਾਂ ਸੋਚਦੇ ਕੋਈ ਪਤਾ ਨਹੀਂ ਲੋਕ ਕਿਸੇ ਦੇ ਖਰੀਦੇ ਹੋਏ ਨਹੀਂ ਹੁੰਦੇ ਇੱਥੇ ਵੀ ਐਸ ਤਰ੍ਹਾਂ ਦੀ ਸੀਟ ਤੇ ਕੀ ਹੁੰਦਾ ਕੱਲ੍ਹ ਨੂੰ ਕੀ ਹੁੰਦਾ ਪਲ-ਪਲ ਸਥਿਤੀ ਬਦਲਦੀ ਹੈ ਇਹਦੇ ਚ ਪਰ ਸਭ ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼ ਕੇਵਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮੇਸ਼ਾ ਟੀਵੀ ਬਿਲਕੁਲ ਫ੍ਰੀ ਜੇਕਰ ਤੁਹਾਡੇ ਕੋਲ Samsung, LG, Roku, Apple TV ਜਾਂ ਹੋਰ ਕੋਈ ਵੀ Smart TV ਹੈ ਤਾਂ Prime Minister TV ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ Prime Minister TV ਚੈਨਲ ਹੈ। ਜਿਵੇਂ Canada, USA, UK, Europe, New Zealand, Australia ਤੇ India। ਇਹ ਐਪ ਤੁਸੀਂ ਘਰ ਦੇ ਸਾਰੇ Smart TVs ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। Prime Minister TV ਤੁਹਾਡਾ ਆਪਣਾ ਤੁਹਾਡੇ ਲਈ।